शुक्र करा तुसी आ गए हो, तशरीफ रखो सिकदा डड़िए, हाथ पैर चुमा तुसी आ गए हो, वो तशरीफ रखो सिकदा डड़िए, हाथ पैर चुमा तुसी आ गए हो। ताड़ी दीद दिठी साड़ी ईद मिठी, कुर्बान वजा तुसी आ गए हो, होवे मुजरिम ते भी नजर करो, मैंने आज बना तुसी आ गए, होवे मुजरिम ते भी नजर करो, मैंने आज बना तुसी आ गए हो। फिर क्यों ना कहिए के तक के नबी रजी साहब के हर कोई तक के नबी के हर कोई की के सैफे हुसैन इवे हो बे तक के नबी के हर कोई सैफे हुसैन सीवे हो दे तक के नबी के हर कोई सैफे हुसैन सीवे हो दे केंदा फिरे फलकां दा चन कहता फिरे फलकां दा चन की के अरशां दे चन इवे हो दे कहता फिरे फलकां दा चन भई अरशां दे इवे हो दे हो दे कहता फिरे फलकां दा चन भई अरशां दे च इवे हो दे कहता फिरे फलकां दा चन। बड़ी जिम्मेदारी दा पढ़ रहा मैं रजी साहब दा मुफ्ता मेरे नाल रहण गया। एक एक शेर से तुहाडा मैं हुण ही वेख लेना तुसी अपना नक्शा बदल जाना माहौल ही होर हो जाना। कहता फिरे फलकां दा चन भई अरशाद च इवे हो दे कहता फिरे सोरा तू लगने दूजा फेर भी तू माया कहता फिरे फलकां दा चन अरशां दे च इवे हो दे कहता फिरे कोई जुल्फा छले ओ छले सारा जग सोना है मेरे आका तो थले ओ थले सारा 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 जग सोना है मेरे आका तो थले ओ थले मुख चंद बदे शासानी मथे चमक
ਤਕਦੀ ਲਾਟ ਨੂਰਾਨੀ ਕਾਲੀ ਜ਼ੁਲਫ ਤੇ ਅੱਖ ਮਸਤਾਨੀ ਮਖਮੂਰ ਯਕੀਨ ਮਧੁਬਰੀਆਂ ਫਿਰ ਕਿਉਂ ਨਾ ਕਹੀਏ ਕਹਿੰਦਾ ਫਿਰੇ ਫਲਕਾਂ ਦਾ ਚੰਨ ਅਰਸ਼ਾਦ ਚ ਕਹਿੰਦਾ ਫਿਰੇ ਫਲਕਾਂ ਦਾ ਚੰਨ ਅਰਸ਼ਾਦ ਚ ਅਗਲਾ ਵੀ ਸਤ ਸਾ ਕਹਿਣਾ ਇਵੇਂ ਹੁੰਦੇ ਕਹਿੰਦਾ ਫਿਰੇ ਫਲਕਾਂ ਦਾ ਚੰਨ ਮਹਿਰਾਜ ਹੋ ਗਈ ਇਸ ਕਲਾਮ ਤੇ ਅੱਜ ਮੇਰਾ ਦਿਲ ਹੈ ਕਿ ਮੈਂ ਇੱਥੇ ਵੀ ਮਹਿਰਾਜ ਦਾ ਪਹਿਲਾ ਹਿੱਸਾ ਲਫ਼ਜ਼ਾਂ ਦੀ ਤਰਤੀਬ ਦੇਖਣਾ ਤੇ ਜਿਹੜੀਆਂ ਜ਼ੁਬਾਨਾਂ ਖਾਮੋਸ਼ ਨੇ ਉਹ ਨਾਲਦਿਆਂ ਨੂੰ ਹਿਲਾ ਦਿਆ ਜੀ ਸੁਣਿਆ ਜੀ ਆ ਅਸਰਾ ਦੀ ਸ਼ਬ ਫਰਮਾਇਆ ਰੱਬ ਜਿਬਰੀਲ ਰੱਖ ਤਲੀਆਂ ਤੇ ਲੱਭ ਅਸਰਾ ਦੀ ਸ਼ਬ ਫਰਮਾਇਆ ਰੱਬ ਜਿਬਰੀਲ ਰੱਖ ਤਲੀਆਂ ਤੇ ਲੱਭ ਫਿਰ ਸੁਣੀਏ ਅਸਰਾ ਦੀ ਸ਼ਬ ਫਰਮਾਇਆ ਰੱਬ ਜਿਬਰੀਲ ਰੱਖ ਤਲੀਆਂ ਤੇ ਲੱਭ ਘੁੰਮਣ ਦੇ ਲਈ ਚੁੰਮਣ ਦੇ ਲਈ ਘੁੰਮਣ ਦੇ ਲਈ ਚੁੰਮਣ ਦੇ ਲਈ ਮਿੱਠੜੇ ਮਿੱਠੇ ਇਵੇਂ ਹੋਵੇ ਘੁੰਮਣ ਦੇ ਲਈ ਚੁੰਮਣ ਦੇ ਲਈ ਮਿੱਠੜੇ ਘੁੰਮਣ ਦੇ ਲਈ ਚੁੰਮਣ ਦੇ ਲਈ ਆਖਦੇ ਚੁੰਮਣਾ ਸ਼ਿਰਕ ਹੁੰਦਾ ਚੁੰਮਣ ਦੇ ਲਈ ਘੁੰਮਣ ਦੇ ਲਈ ਮਿੱਠੜੇ ਮਿੱਠੇ ਇਵੇਂ ਹੁੰਦੇ ਘੁੰਮਣ ਦੇ ਲਈ ਚੁੰਮਣ ਦੇ ਲਈ ਮਿੱਠੜੇ ਚੁੰਮਣ ਦੇ ਲਈ ਮਿੱਠੜੇ ਮਿੱਠੇ ਅਗਲਾ ਮਿਸਰਾ ਲੈਣ ਆ ਕੇ ਕਹਿ ਦਿਓ ਪੀਲੇ ਹੁੰਦੇ ਘੁੰਮਣ ਦੇ ਲਈ ਚੁੰਮਣ ਦੇ ਅਕਸਾ ਦੇ ਵਿੱਚ ਬਣ ਮੁਕਤ ਦੀ ਆਖਣ ਪਏ ਸਾਰੇ ਨਬੀ ਕੀ ਆਖਣ ਪਏ ਕਿ ਵੱਖਰੀ ਅਦਾ ਨਾ ਮੁਸਤਫਾ ਵੱਖਰੀ ਅਦਾ ਨਾ ਮੁਸਤਫਾ ਰੱਬ ਦੇ ਸਜਣ ਇਵੇਂ ਹੁੰਦੇ ਵੱਖਰੀ ਅਦਾ ਨਾ ਮੁਸਤਫਾ ਰੱਬ ਦੇ ਜੀ ਅਦਾ ਯੂਸਫ ਕਹਿੰਦਾ ਬੇਸ਼ੱਕ ਹੁਸਨ ਜ਼ਿਆਦਾ ਮੇਰਾ ਹਾਏ ਹਾਏ ਵੱਖਰੀ ਅਦਾ ਨਾ ਮੁਸਤਫਾ ਜਿਹਨਾਂ ਦਾ ਹਜ਼ੂਰ ਦਾ ਕੋਈ ਤਲਕ ਸਾਰੇ ਤਲਕ ਵਾਲੇ ਬੈਠੇ ਹੋ ਹੱਥ ਲਹਿਰਾ ਕੇ ਕਹਿ ਦਿਓ ਵੱਖਰੀ ਅਦਾ ਨਾ ਮੁਸਤਫਾ ਰੱਬ ਦੇ ਸਜੇ ਕਿਵੇਂ ਹੁੰਦੇ ਵੱਖਰੀ ਅਦਾ ਨਾ ਮੁਸਤਫਾ ਰੱਬ ਦੇ ਸਜੇ ਵਾਜਿਦ ਭਾਈ ਆਪ ਬੈਠ ਗਏ ਜਬਕਿ ਇਹ ਸ਼ੇਰ ਬੈਠਣੇ ਵਾਲਾ ਹੈ ਹੀ ਨਹੀਂ
ਕਿਲਾ ਖੈਬਰ ਪੜ੍ਹਨੇ ਲਗਾ ਮੈਂ ਜਿਹਦਾ ਪੀਰ ਅਲੀ ਹੈ ਨਾ ਜਿਹਦਾ ਪੀਰ ਅਲੀ ਹੈ ਉਹ ਹੱਥ ਲਹਿਰਾ ਕੇ ਸ਼ੇਰ ਸੁਣੇਗਾ ਯਾਰ ਕਮਾਲ ਹੈ ਲਿਖਣ ਵਾਲੇ ਦੀ ਕੀ ਬਾਤ ਹੈ ਕਿਲਾ ਖੈਬਰ ਫਤਿਹ ਨਹੀਂ ਹੋ ਰਿਹਾ ਹੁਣ ਸੁਣਿਆ ਜੀ ਬੁਲਾਇਆ ਜਿਹਨੂੰ ਸ਼ਾਹੇ ਉਮਮ ਬੁਲਾ ਕੇ ਦਿੱਤਾ ਹੱਕ ਦਾ ਅਲਮ ਸੁਣਿਆ ਜੀ ਯਾਰ ਆਖਰੀ ਬੰਦੇ ਤੱਕ ਬੁਲਾਇਆ ਜਿਹਨੂੰ ਸ਼ਾਹੇ ਉਮਮ ਬੁਲਾ ਕੇ ਦਿੱਤਾ ਹੱਕ ਦਾ ਅਲਮ ਉਹ ਮਰਹਬ ਕਵੇ ਖਾ ਕੇ ਜ਼ਖਮ ਮਰਹਬ ਕਵੇ ਖਾ ਕੇ ਜ਼ਖਮ ਕੀ ਕਿ ਖੈਬਰ ਸ਼ਿਕੇ ਸੀਵੇਂ ਹੋ ਗਏ ਮਰਹਬ ਕਵੇ ਖਾ ਕੇ ਜ਼ਖਮ ਖੈਬਰ ਸ਼ਿਕੇ ਬੁਲਾਇਆ ਬੁਲਾਇਆ ਜਿਹਨੂੰ ਸ਼ਾਹੇ ਉਮਮ ਜਿਹਦਾ ਪੀਰ ਅਲੀ ਯਾਦ ਨਾ ਰਹਿ ਗਏ ਬੁਲਾ ਕੇ ਦਿੱਤਾ ਹੱਕ ਦਾ ਅਲਮ ਉਮਰ ਹਬ ਕਵੇ ਖਾ ਕੇ ਜ਼ਖਮ ਮਰਹਬ ਕਵੇ ਖਾ ਕੇ ਜ਼ਖਮ ਕੀ ਕਿ ਖੈਬਰ ਸ਼ਿਕੇ ਕਿਵੇਂ ਹੁੰਦੇ ਮਰਹਬ ਕਵੇ ਖਾ ਕੇ ਜ਼ਖਮ ਖੈਬਰ ਸ਼ਿਕੇ ਕਿਵੇਂ ਹੁੰਦੇ ਮਰਹਬ ਕਵੇ ਆਕੇ ਜ਼ਖਮ ਓਏ ਇਹ ਹਨੇਰੇ 'ਚ ਫਾਇਦਾ ਉਠਾਉਣ ਵਾਲਾ ਹੁਸੈਨੀ ਨਹੀਂ ਹੁੰਦਾ ਵੇ ਇਹ ਤਾਰੀਖੀ ਗੱਲ ਜਿਹੜੀ ਮੈਂ ਕਰ ਗਿਆ ਹਨੇਰੇ ਤੋਂ ਫਾਇਦਾ ਉਠਾਉਣ ਵਾਲਾ ਬੰਦਾ ਹੁਸੈਨੀ ਨਹੀਂ ਹੋ ਸਕਦਾ ਉਹਨੂੰ ਗੱਲ ਤੇ ਹੁਸੈਨ ਦੇ ਬਾਬੇ ਦੀ ਹੋ ਰਹੀ ਤੇ ਚੁੱਪ ਰਹੀਏ ਤੇ ਮਰਜ਼ੀ ਹੈ ਤੁਹਾਡੀ ਕਿਬਲਾ ਰਜੂ ਸਾਹਿਬ ਕਹਿ ਰਹੇ ਨੇ ਪਹਿਲਾ ਸ਼ੇਰ ਪੜਿਆ ਜੇ ਇਸ ਰਾਤ ਦਾ ਉਹ ਦੁਬਾਰਾ ਸੁਣਾਓ ਹੈਦਰੀ ਮਰਹਬ ਕਵੇ ਖਾ ਕੇ ਜ਼ਖਮ ਅੱਛਾ ਸ਼ਾਇਰੀ ਦੱਸੋ ਮੈਂ ਅੱਲਾ ਰਜੀ ਸਾਹਿਬ ਦੀ ਗੱਲ ਪੂਰੀ ਕਰਕੇ ਤੇ ਆਖਰੀ ਸ਼ੇਰ ਇਸ ਤੋਂ ਬਾਅਦ ਪੜ੍ਹਾਂ ਇਸ ਕਲਾਮ ਦਾ ਫਿਰ ਅੱਗੇ ਮਨਸੂਬ ਹੋਣੇ ਅਗਲੇ ਕਲਾਮ ਦਾ ਸ਼ੇਰ ਸੁਣਿਆ ਜੀ ਤੱਕ ਕੇ ਨਬੀ ਕਹਿ ਹਰ ਕੋਈ ਅਸਰਾ ਦੀ ਸ਼ਬ ਫਰਮਾਇਆ ਰੱਬ ਜਿਬਰੀਲ ਰੱਖ ਤਲੀਆਂ ਤੇ ਲਬ ਅਸਰਾ ਦੀ ਸ਼ਬ ਫਰਮਾਇਆ ਰੱਬ ਜਿਬਰੀਲ ਰੱਖ ਤਲੀਆਂ ਤੇ ਲਬ ਅਸਰਾ ਦੀ ਸ਼ਬ ਫਰਮਾਇਆ ਰੱਬ ਜਿਬਰੀਲ ਰੱਖ ਤਲੀਆਂ ਤੇ ਲਬ ਘੁੰਮਣ ਦੇ ਲਈ ਚੁੰਮਣ ਦੇ ਲਈ ਘੁੰਮਣ ਦੇ ਲਈ ਚੁੰਮਣ ਦੇ ਲਈ ਮਿੱਠੜੇ ਮਿੱਠੇ ਜੀਵੇ ਹੋਵੇ ਘੁੰਮਣ ਦੇ ਲਈ ਚੁੰਮਣ ਦੇ ਲਈ ਮਿੱਠੜੇ ਘੁੰਮਣ ਦੇ ਲਈ ਚੁੰਮਣ ਦੇ ਲਈ ਕਾਫੀਆ ਚੱਲ ਰਿਹਾ ਹੈ ਤੁਸੀਂ ਬੋਲਿਆ ਨਹੀਂ ਬੋਲਿਆ ਮਰਜ਼ੀ ਤੁਹਾਡੀ ਇੱਕ ਕਾਫੀਆ ਹੁਣ ਸੁਣ ਲੈਣਾ ਮਿੱਠਰੇ ਮਿੱਠਨ ਖੈਬਰ ਸ਼ਿਕਨ ਰੱਬ ਦੇ ਸਜਣ ਹੁਣ ਕਾਫੀਆ ਵੇਖਣਾ ਹੈ ਤੇ ਮਜ਼ਾ ਆ ਜਾਣਾ ਹੈ ਕਿਬਲਾ ਰਜੀ ਸਾਹਿਬ ਜਦੋਂ ਹਜ਼ੂਰ ਦਾ ਦੀਵਾਨਾ ਹਜ਼ੂਰ ਦੀ ਆਲ ਦਾ ਦੀਵਾਨਾ ਜ਼ੇਰੇ ਯਾਨੀ ਕਬਰ 'ਚ ਪਹੁੰਚਿਆ ਗੱਲ ਕੀ ਹੋਈ ਮੁਨਕਰ ਨਕੀਰਾਂ ਆਖਿਆ ਕੀ ਹੈ ਸੁਣਿਆ ਜੇ ਇੱਕ ਦੂਜੇ ਨਾਲ ਗੱਲ ਕੀਤੀ ਕਿਹੜੀ ਆ ਕਿ ਹਾਕਿਮ ਮੇਰੀ ਅਦਾ ਵੇਖ ਕੇ ਕਿਆ ਕੁਦਸੀਆਂ ਵਫਾ ਵੇਖ ਕੇ ਹਾਕਿਮ ਮੇਰੀ ਅਦਾ ਵੇਖ ਕੇ ਕਿਆ ਕੁਦਸੀਆਂ
वफा वेख के फिर सुनिएगा यार हाकि मेरी अदा वेख के क्या कुदसिया वफा वेख के की आख्या के हुसैनी मल करिए ना तंग हुसैनी मल करिए ना तंग गुलामे हसन इवे होद हुसैनी मल करिए ना तंग गुलामे हुसैनी मल करिए न तंग गुलामे हुसैनी मल हुसैनी मल जरा मलंग बैठा है हाथ लड़ा के हुसैनी मल करिए न तंग गुलामे हुसैनी हुसैनी मल करिए ना तंग गुलामे हसे हसे जिने कोई नहीं मिसल हुसैन जई एवे हसन दा जोड़ भी कोई नहीं गुलामे हसे तक के नबी के हर कोई अच्छा सबे अच्छा मेरा ये मिलाद है मुहर्रम तो नहीं लेकिन चूंकि मैं तो इस बात को मानता हूँ हुसैन उम्मीनी वाना मिनल हुसैन बात फजाइल की चली तो मैं एक शेर पढ़ दूं जरा आंखों की वजू हो जाए फिर उसके बाद रजवी साहब और पहले स्टेज का जो हुक्म है वो पढ़ रहा हूं मैं सुनिएगा बात तीरा किते हाँ छलनी बदन लाशे ने बेगोरो कफन इंसाफ कर क्या ए पिसर इंसाफ कर क्या ए पिसर अपने दफन इवे हो दिल इंसाफ कर क्या ए पिसर